Subscribe now and press the bell icon. Never miss an update. और छुपा वो भी जहां जाएगा तेरे पाओ का तलवार, वो घर तेरा, वो जगह तेरी, तेरू ना बीमारी का डर, ना तंगी का डर, ना तेरे कर्ज का डर, मैं हमेशा तेरे साथ हूं। ठंडा पानी बन के अपना आप उस कौम से जाहिर करता सी, जिथे खलोंदे सी, जिथे दुआ करते सी, एक आवाज खुदा तो सुनते सी कि खुदा उन्होंने कहता सी कि मैं हमेशा तेरे नाल ना रहा, तानू कल्या नहीं छड़ना, ते जो ठंड लगनी अग बन के अंज सेक देना अपनी कौम नूं कि इन्हां नूं ठंड ना लगे, जो धुप लगनी ते फिर बदल बन जाना, ठंडिया ठंडिया हवावां चल पैनियां, किते पसीना ना आ जाए मेरे बालां नूं, त्रेह लगनी आपे चट्टान बन जाना, ते अंज पानी कढ़ना शुरू कर देना, किते इन्हां दा गले ना सुक जा, जबाना ना सुक जा, भुख लगनी समाना तो पक्का पकाया खाना इना प्या, आखना मैं तुम कदी कल्या नहीं छड़ांगा हमेशा ते, शाबाश। इसराइल दे लोग कहते गल तो तेरी ठीक है, रहना भी तू सा तेरे ते सानू बड़ा भरोसा है पक्का, पर इंज नहीं हो सकता कि कोई पक्की जी निशानी आ जाए, तेन टोर टू भी सकीए, तेन वेख भी सकीए, तू मैंने भी कहा कोई पक्की जी निशानी साढ़े अगे चल, अलग सारिया जरूरत पूरी होनी चर्च की गल दस खुदा ने कहा अच्छा तो चलो फिर इन्हें करो एक संदूक बनाओ, संदूक बनाया दस तख्तियां, यानी अपना आप ही रख दिता क्योंकि कलाम सी ते कलाम ही खुदा सी, इब्तदा में कलाम खुदा के कलाम ही खुदा सी, तो नाल उन्हें हनुमान का आसा रखिया, नाल मन रख दिता वह निशानी जिहड़ा खुदा इसराइल खाना पाउंदा सी, ते जो संदूक बनाता ना ते कदी उहदे तंबू च वड़ खलाणे तू रख ला, तेरा तेरा तंबू खुला जाए, कदी उधर वाड़न कदी उधर वाड़न तंबू, तो खुदा ने क्या गल सुन, मैं नहीं जे रहना तेरे नाल, कदी उधर उथे तुसीं लड़ी जाओ, मैं तेरे नाल नहीं जे रहना, ते मैनू ऐसा किस तंबू च ना वाड़ना, मेरे लिए ना की करो अलग जेड़ा मेरा हो, बस जरा सिर्फ मेनु आपने तंबू च वाड़ता ना, ते जो तुसी कोई गलती की थी ते मेनु गुस्सा आ गया ना, ते मैं कहर च आ जाना, ते फिर तुहाडा बड़ा नुकसान होना, गल याद आई, इस मेनु अपने तो बाहर रखो, ते मेरा अलग तंबू जरा मेरा हो, तुहाडा घर तुहानू मुबारक, मेरा घर जरा मेरे नाम तो करा, ਐਵੇਂ ਕਦੀ ਉੱਥੇ ਗੀਤ ਲਾਈ ਜਾਓ, ਕਦੀ ਉੱਥੇ ਗਾਲੀ ਕੱਢੀ ਜਾਓ, ਉਹਨਾਂ ਲਾਦਾ ਬਣਾਤਾ, ਉਹਨੇ ਦੱਸਿਆ ਤੰਬੂਆਂ ਦੇ ਡਿਜ਼ਾਇਨ ਦੱਸੇ, ਸਾਰਾ ਦੱਸਿਆ, ਉਹਨੇ ਕਿਹਾ ਇੰਜ ਕਰਕੇ ਬਣਾਓ ਮੇਰਾ ਘਰ, ਵਿੱਚ ਇਹਦਾ ਸੰਦੂਕ ਰੱਖ ਦਿੱਤਾ, ਮੂਸਾ ਕਹਿੰਦਾ ਇਹ ਲੋਕ ਨਾ ਮੈਨੂੰ ਵੈਸੇ ਉਂਝ ਦਿਲੋਂ ਪਿਆਰ ਨਹੀਂ ਕਰਦੇ,
ਤੂੰ ਕਹਿੰਦਾ ਖੁਦਾਵੰਦ ਘਰ ਦੇ ਤੇ ਆਏ ਨੇ ਵਿਚਾਰੇ ਜਿਹੜੇ ਤੰਬੂ ਕੋਲੋਂ ਲੰਘੀਏ ਉੱਥੇ ਹੀ ਅੰਦਰੋਂ ਹੈਲੇਲੂਇਆ ਦੀਆਂ ਆਵਾਜ਼ਾਂ ਹੁਣ ਪਤਾ ਨੀ ਕਿਹਦੇ ਕਰ ਅੱਗੋਂ ਉਹਨੇ ਕਿੱਥੇ ਜਵਾਬ ਦੇਣਾ ਹੁੰਦਾ ਸੀ ਨਾ ਦਰਮਿਆਨੀ ਸੀ ਮੂਸਾ ਕਦੀ ਉਹਨਾਂ ਦੀਆਂ ਗੱਲਾਂ ਖੁਦਾ ਨਾ ਕਰਦਾ ਸੀ ਕਦੀ ਖੁਦਾ ਦੀਆਂ ਗੱਲਾਂ ਉਹਨਾਂ ਨਾ ਕਰਦਾ ਸੀ ਉਹਨੇ ਕਿਹਾ ਕਰਦੇ ਤੇ ਆਏ ਨੇ ਉਹਨੇ ਕਿਹਾ ਜੇ ਕਰਦੇ ਉਂਝ ਕੰਮ ਸੌਖਾ ਹੀ ਰਧਾਈਆਂ ਚ ਲੱਤਾਂ ਵਾੜ ਕੇ ਸਰਾਣਿਆਂ ਤੇ ਸਿਰ ਰੱਖ ਕੇ ਮੈਂ ਆਪਣਾ ਲਹਿਦਾ ਤੰਬੂ ਕਿਉਂ ਲਵਾਇਆ ਤਾਂ ਕਿ ਕੱਢੋ ਹਾਂ ਲੱਤਾਂ ਰਜ਼ਾਈਆਂ ਚੋਂ ਇਹ ਨਿੱਘਾ ਪਨ ਕਰੋ ਹਾਂ ਦੂਰ ਮਾਰੋ ਹਾਂ ਠੰਡੇ ਪਾਣੀ ਦੇ ਛੱਟੇ ਤੇ ਨਾਲੇ ਤੁਹਾਨੂੰ ਪਤਾ ਚੱਲੇ ਖੁਦਾ ਨੂੰ ਮਿਲਣਾ ਕੋਈ ਸੌਖਾ ਕੰਮ ਨਹੀਂ ਤੇ ਚੱਲ ਕੇ ਮੇਰੇ ਘਰ ਚ ਆਓ ਮੈਨੂੰ ਪਤਾ ਚੱਲੇ ਕਿ ਤੁਹਾਡੇ ਦਿਲ ਚ ਮੇਰੀ ਮੁਹੱਬਤ ਹੈ ਅਸੀਂ ਤੇ ਕਿਸੇ ਦੇ ਘੀਕੇ ਤੇ ਨਾ ਜਾਈਏ ਕਿਸੇ ਦੇ ਮੁੰਡੇ ਦੇ ਕੁੜੀ ਦੇ ਵਿਆਹ ਤੇ ਨਾ ਜਾਈਏ दुनिया अगर बंदे का बंदे का इना नक के ना खुदा भी गूर जे जरा घर नहीं ना आता खुदा भी सोचता है ਮੈਨੂੰ ਜਾਣਾ ਚਾਹੀਦਾ ਉਹ ਵੀ ਸੋਚਦਾ ਕਿ ਜਿਸ ਰਧਾਈ ਚ ਤੂੰ ਲੱਤਾਂ ਪਾ ਕੇ ਹੈਲੇ ਲਈਆ ਕਹੀ ਜਾਂਦੇ ਕੰਮ ਸੌਖਾ ਹੈ ਮਜ਼ਾ ਫੇਰ ਹੁੰਦਾ ਗਿੱਲੇ ਤੱਤੇ ਤੋਂ ਲੰਘਦਾ ਦੋਰਾ ਤੈਨੂੰ ਟੁੱਟਾ ਲੱਗਦਾ ਫਿਰ ਮੇਰੇ ਪੈਰਾਂ ਜਾ ਕੇ ਡਿੱਗਦਾ ਫਿਰ ਤੇਰੀ ਅਸਮਾਨ ਦੇ ਦਰਵਾਜ਼ੇ ਖੁੱਲਦੇ ਖੁਦਾ ਨੂੰ ਮਿਲਣਾ ਬੜੀ ਗੱਲ ਜੇ ਔਰ ਖੁਦਾ ਤੁਹਾਨੂੰ ਬੜੀ ਬਰਕਤ ਦੇ ਹਰ ਇੱਕ ਦੀਆਂ ਖੁਦਾ ਦਾ ਘਰ ਕੋ ਮਾਮੂਲੀ ਜੀ ਗੱਲ ਤੁਸੀਂ ਇੱਥੇ ਟੁਰ ਕੇ ਆ ਗਏ ਤੁਹਾਡਾ ਬੜਾ ਟੋਰ ਜੀ ਅੱਜ ਇਸ ਤਲਕ ਮੈਂ ਗੱਲ ਕਰਨ ਲੱਗਾ ਕਿ ਜਦੋਂ ਅਸੀਂ ਆਉਂਦੇ ਮੇਰੇ ਸਾਥੀ ਕੋ ਮੁਕੱਦਸ ਲੂਕਾ ਦੀ ਅੰਜੀਲ ਮੁਕੱਦਸ ਲੂਕਾ ਕੀ ਅੰਜੀਲ ਉਸ ਕਾ 17 ਬਾਬ 11 ਆਇਤ ਮੇ ਲਿਖਾ ਹੈ ਔਰ ਐਸੇ ਹੁਆ ਕਿ ਯਰੂਸ਼ਲਮ ਕੋ ਜਾਂਦੇ ਹੋਏ ਵੋ ਸਾਮਰੀਆ ਔਰ ਗਲੀਲ ਕੇ ਬੀਚ ਸੇ ਹੋ ਕਰ ਜਾ ਰਹਾ ਥਾ ਮੰਜ਼ਰ ਕਿਹੜੀ ਹੈ ਯਰੂਸ਼ਲਮ ਜਾ ਕੇ ਚਲਿਆ ਯਰੂਸ਼ਲਮ ਜਿਵੇਂ ਕਸੂਰ ਹੈ ਮੰਜ਼ਰ ਕਸੂਰ ਹੈ ਤੇ ਜਿਵੇਂ ਕੰਨ ਹੈ ਲਲਿਆਣੀ ਹੈ ਭੱਲੂ ਹੈ ਬੰਦਾ ਜਾਂਦਾ ਇਹਨਾਂ ਦੇ ਵਿੱਚ ਦੀ ਨਾ ਕੇ ਜਾਂਦਾ ਨਾ ਲੇਕਿਨ ਗੋਲ ਕਿਹੜਾ ਹੈ ਕਸੂਰ ਗੋਲ ਯਰੂਸ਼ਲਮ ਹੈ ਯਿਸੂ ਸੀ ਯਰੂਸ਼ਲਮ ਨੂੰ ਜਾ ਰਿਹਾ ਲੇਕਿਨ ਇੱਕ ਪਿੰਡ ਇਧਰ ਵੱਡਾ ਸ਼ਹਿਰ ਹੈ ਕਈ ਦਰ ਇੱਕ ਦਾ ਨਾ ਗਲੀਲ ਇੱਕ ਦਾ ਨਾ ਸਾਮਰੀਆ ਵਿੱਚੋਂ ਰਾਹ ਜਾ ਰਿਹਾ ਯਿਸੂ ਸੀ ਜਾ ਰਿਹਾ ਗਲੀਲ ਕੇ ਬੀਚ ਸੇ ਹੋ ਕਰ ਜਾ ਰਹਾ ਥਾ ਔਰ ਏਕ ਗਾਉਂ ਮੇ ਦਾਖਲ ਹੋਤੇ ਵਕਤ 10 ਕੋੜੀ ਉਸਕੋ ਮਿਲੇ ਉਹਨੇ ਦੂਰ ਖੜੇ ਹੋ ਕਰ ਬੁਲੰਦ ਆਵਾਜ਼ ਸੇ ਕਹਾ ਆਈ ਯਸੂ ਗੌਰ ਕਰੋ ਨਾ ਤੋ ਸੱਦਿਆ ਨਹੀਂ ਉਹਨਾਂ ਤੇ ਕੀ ਮਤਲਬ ਉਹ ਜਾਣਦੇ ਯਸੂ ਮਸੀਹ ਨੂੰ ਜਾਣਦੇ ਨੇ ਉਹਨਾਂ ਯਸੂ ਮਸੀਹ ਦੇ ਕੰਮ ਸੁਨੇ ਨੇ ਕਈ ਖਬਰਾਂ ਮੈਂ ਤੱਕ ਪਹੁੰਚ ਚੁੱਕੀਆਂ ਨੇ ਕਿ ਯਸੂ ਕੋੜੀਆਂ ਨੂੰ ਪਾਕ ਵੀ ਕਰ ਦਿੰਦਾ ਸਾਫ਼ ਵੀ ਕਰ ਯਸੂ ਮੁਰਦਿਆਂ ਨੂੰ ਜ਼ਿੰਦਿਆ ਕਰਦਾ ਯਸੂ ਅੰਨਿਆਂ ਦੀਆਂ ਅੱਖਾਂ ਖੋਲ ਦਿੰਦਾ ਯਸੂ ਲੰਗੜਿਆਂ ਨੂੰ ਚਲਾਉਂਦਾ ਇਹ ਸਾਰੀਆਂ ਖਬਰਾਂ ਇਹਨਾਂ ਤੱਕ ਪਹੁੰਚ ਚੁੱਕੀਆਂ ਜਿਹਦੀ ਵਜ੍ਹਾ ਨਾਲ ਇਹਨਾਂ ਦੂਰੋਂ ਆਵਾਜ਼ ਦਿੱਤੀ ਹੈ ਆਏ ਯਸੂ ਆਏ ਸਾਹਿਬ ਹਮ ਪਰ ਦੂਰੋਂ ਆਵਾਜ਼ ਕਿਉਂ ਦਿੱਤੀ ਨੇੜੇ ਕਿਉਂ ਨਹੀਂ ਉਹ ਕੋੜੀ ਸਨ ਔਰ ਕੋੜੀਆਂ ਨੂੰ ਪਾਬੰਦ ਕਰ ਦਿੱਤਾ ਜਾਂਦਾ ਸੀ ਕਿਉਂ ਕਿਸੇ ਦੂਜੇ ਬੰਦੇ ਦੇ ਲਾਗੇ ਨਾਲ ਉਹਨਾਂ ਨੂੰ ਫੈਮਿਲੀ ਤੋਂ ਉਹਨਾਂ ਦੇ ਮਾਸ਼ਰੇ ਤੋਂ ਪਿੰਡ ਚੋਂ ਘਰੋਂ ਕੱਢ ਦਿੱਤਾ ਜਾਂਦਾ ਸੀ ਕੋੜੀਆਂ ਨੂੰ ਕਿਉਂਕਿ ਕੋੜ ਜਿਹੜਾ ਸੀ ਨਾ ਇੱਕ ਛੂਤ ਦੀ ਬਿਮਾਰੀ ਸੀ ਜਿਵੇਂ ਇੱਕ ਤੋਂ ਦੂਜੇ ਨੂੰ ਦੂਜੇ ਤੋਂ ਤੀਜੇ ਨੂੰ ਤੀਜੇ ਤੋਂ ਚੌਥੇ ਛੂਤ ਕੀ ਬਿਮਾਰੀ ਬਾਈਬਲ ਮੁਕੱਦਸ ਨੇ ਤੈਨੂੰ ਗੁਨਾਹ ਨਾਲ ਵੀ ਤਸ਼ਬੀਹ ਦਿੱਤੀ ਕੋੜ ਕੋ ਗੁਨਾਹ ਕੇ ਸਾਥ ਤਸ਼ਬੀਹ ਦਿਆ ਗੁਨਾਹ ਵੀ ਇੱਕ ਕੋੜ ਹੈ ਔਰ ਝੂਠ ਵੀ ਜਿਹੜਾ ਝੂਠ ਜੇ ਨਾ ਉਹਦੀ ਵੀ ਕੋੜ ਦੀ ਇੱਕ ਸ਼ਕਲ ਜੇ ਇਹ ਵੀ ਇੱਕ ਬੰਦਾ ਬੋਲ ਰਿਹਾ ਤੇ ਦੂਜੇ ਨੂੰ ਬਦੋ ਬਦੀ ਆਦਤ ਪੈ ਜਾਂਦੀ ਉਤੋਂ ਅਗਾਂ ਉਤੋਂ ਅਗਾਂ ਉਤੋਂ ਅਗਾਂ ਇਹ ਫਿਰ ਫੈਲ ਜਾਂਦਾ ਮਾਸ਼ਰੇ ਦੇ ਵਿੱਚ ਕੋੜੀ ਇਸ ਲਈ
वो दूर खड़े रहे क्योंकि उन्होंने इजाजत ही नहीं थी कि वो लागे आए। दूर से उन्होंने कहा कि आए साहेब, आए यीशु, हम पर रहम कर। मैं आज दसना चाहना यीशु का प्यार, यीशु का रहम, ते इंसान का रिस्पॉन्स अगो ने किया की है। उदे रहम दे अंगेज, उदे प्यार दे अंगेज अगे उदा रवैया की सी बंदे दा। मेरा आज छोटा जिहा ही मैसेज है कि यीशु सी साडे लई कि करदा ते असीं उहदे लई की करदे। उसने उन्हें देखकर कहा, जाओ अपने तई कहनों को दिखाओ। अच्छा, ये भी एक सवाल आ गया कि कहना नु क्यों दिखाओ? इसलिए कि जदों किसी नु कोड़ हुंदा सी ना, तो उहदी शिकायत काहन कोल जांदी सी कि इहनू कोड़ जे, ते काहन उस शख्स नु टेस्ट करदा सी, जिवें डॉक्टर लैबोरेटरी वाले आ टेस्ट करदा सी ते वेखदा सी कि इहनू कोड़ है वी है कि नहीं, है ना। ते जो वेखदा सी ना कि नहीं इहदे च कोड़ दीआं कुछ निशानियां मौजूद ने, इहनू कोड़ पूरी तरह ते नहीं होया पर हले हो रहा है, ते काहन उस टेस्ट तो बाद उन्हों उस इलाके तो उहदे घर तो उहदे बालां तो उहदी बीवी तो उहदी फैमिली तो उन्हें जुदा कर दिंदा सी और शहर चो कर दिंदा सी। ते जदों कोई यह दावा करता सी कि मेरा कोड मैनू उहदे तो शिफा हो गई है, जदों कोई इस गल का दावा करता सी ते ओ डायरेक्ट नहीं सी कर जांदा, अपने फैसले नहीं सी कर लैंदा, उन्हें फिर किहदे कोल जाना पैंदा सी? फिर काहे कोल जाना पैंदा सी? फिर कहिंदा कि भाई जी चैक कर लो, हुण मैनू कोड नहीं जे आया। ते काहे नूं नहीं चैक करदा सी? काहे देखदा सी, तस्दीक करदा सी कि सचमुच इहनूं हुण कोड नहीं है। फिर उहनूं इजाजत मिल जांदी सी कि वो अपनी फैमिली च जाए, अपने बच्चों च जाए, अपने रिश्तेदार च जाए, अपने गिरजे च जाए, जिथे मर्जी जाए ते जिथे मर्जी आवे। लेकिन पहली कहे इसलिए यीशु मसीह ने कहा कि जाके कहनों को दिखाओ, और ऐसा हुआ कि वो जाते जाते पाक और ईमान से चले। क्यों? पर यीशु ने कहता है और पीछे गल केड़ी रह गई? खुदा ने कहता है, यीशु ने कहता है, जिंदगी का मालिक ने कहता है, हुण अपन शक करने की लोड़ की है? वो सोच रहे थे बस यीशु ने कह दिया, वो सोच रहे थे और शिफा हो गई। ये कैसे अजीब लोग हैं, ये कितने ब्यूटीफुल लोग हैं, ये कितने अच्छे लोग ने, ये कितने खूबसूरत लोग ने, और कितना ईमान है इनका तादा। इन्होंने कहा यीशु मसीह ने कह दिया शिफा हो गई। हालेलुया। आज चर्चिस को, आज ईमानदारों को ऐसे ईमान की जरूरत है, है ना? ऐसा ही पास्टर ने दुआ कर थी। ऐ पास्टर को किसने खड़ा किया? खुदा ने। किसने चुना? खुदा ने। तो पास्टर बोल रहा ना, खुदा सुन रहा है। आज मेरे बंदे की दुआ से मौजजे ना हुए, दरखास्तें पूरी ना हुई, शिफाएं ना हुई, लोगों का तबाही हो गया। मैंने कहना एक ना पास्टर खुदा की सुनता ही, इसलिए खुदा आसमान के दरवाजे खोल देता। हालेलुया। उसके लोग जब बोलते हैं, उसके पास बाल, उसके बच्चे, उसकी बेटियां, उसके बेटे जब बोलते हैं तो लोग जिंदगी पाते हैं, लोग शिफा पाते हैं, पर ईमान से। वो अपने लोगों की सुनता है। अगर कहीं मौजा नहीं होता तो वहां ईमान लड़खड़ा रहा होता है। कलाम कहता है और जिवें जिवें नेड़े जा रहे सन होर तेज होते जा रहे, क्योंकि वह जानते सी कि जो होना सी ना वो हो चुका है। हालेलुया। और वो शिफा पा ते जो शिफा पा गए, एक वापस आया, नौ नहीं है, दूजे तो शिफा पा के चले गए। शिफा के शिफा जेड़ी चीज खुदा दे देता जे वापस नहीं जे लैंदा, जेड़ी चीज दे देता है वापस नहीं जे लैंदा खुदा। लेकिन होंदा की है, पिछो नहीं आती चीज, दरवाजा बंद हो जाता। ये बंदा आया वापस, इन्हें कहा कि पहलो यीशु फिर दुनिया, क्योंकि जब मैंने कोई नहीं सी पूछता उसे मैंने यीशु ने पूछे। हालेलुया। हालेलुया। मैंने यीशु मसीह ने पूछे, उन्हें मेरिया पीड़ा का इलाज किया, उन्हें मेरे जख्मों का इलाज किया, उन्हें मेरे कोड़ का इलाज किया।
ਯਸੂ ਨੇ ਤੁਹਾਨੂੰ ਸਭ ਤੋਂ ਪਹਿਲੋਂ ਕੌਣ ਯਸੂ ਦਾਦੀ ਹਜ਼ੂਰ ਜੀ ਜਦੋਂ ਜਾਵਾਂਗੇ ਤੁਸੀਂ ਪੁੱਛਣਾ ਉਹਨੇ ਪੁੱਛਿਆ ਉਹ ਨਹੀਂ ਆਏ ਨੌ ਨਹੀਂ ਆਏ ਉਹ ਭੱਜਾ ਆਵੇ ਇੰਨਾ ਖੁਸ਼ ਯਸੂ ਮਸੀਹ ਤੋਂ ਇੰਨਾ ਰਾਜ਼ੀ ਯਸੂ ਮਸੀਹ ਤੋਂ ਕਿ ਉਹਦਾ ਯਸੂ ਮਸੀਹ ਦੇ ਪੈਰਾਂ 'ਚ ਤੇ ਘੁੱਟ ਕੇ ਪੈਰ ਪਾਉਂਦਾ ਥੈਂਕ ਯੂ ਵੈਰੀ ਮੱਚ ਜੀਸਸ ਮੈਂ ਸ਼ਿਫਾ ਪਾ ਚੁੱਕਾ ਮੈਨੂੰ ਸ਼ਿਫਾ ਮਿਲ ਗਈ ਮੈਨੂੰ ਬਰਕਤ ਮਿਲ ਗਈ ਉਹ ਤਮਜੀਦ ਕਰਨ ਲੱਗਾ ਸ਼ੁਕਰਗੁਜ਼ਾਰੀ ਕਰਨ ਲੱਗਾ ਬਾਕੀਆਂ ਨੂੰ ਵੀ ਸ਼ਿਫਾ ਮਿਲ ਗਈ ਲੇਕਿਨ ਓਨੀ ਕੀ ਜਿੰਨੀ ਕ ਮਿਲ ਗਈ ਸੀ ਇਹਨੂੰ ਸ਼ਿਫਾ ਮਿਲੀ ਇਸ ਇਹਨੂੰ ਕਿਹੜੀ ਸ਼ਿਫਾ ਮਿਲੀ ਇਹਨੂੰ ਅਬਦੀ ਸ਼ਿਫਾ ਮਿਲੀ ਯਿਸੂ ਨੇ ਕਿਹਾ ਹੈਗਾ ਅਜਾ ਹੈ ਜੇ ਤੇਰੇ ਦਿਲ ਚ ਮੈਨੂੰ ਇੰਨਾ ਚਾਹ ਤੇ ਪਿਆਰ ਸੀ ਜਾ ਇਹਦਾ ਤੂੰ ਤੈਨੂੰ ਕਦੀ ਬਿਮਾਰੀ ਛੂਏਗੀ ਵੀ ਨਹੀਂ ਅਬਦੀ ਸ਼ਿਫਾ ਫਿਰ ਨਾ ਕਦੀ ਲੌਟ ਕਰ ਬਿਮਾਰੀ ਆਏਗੀ ਨਾ ਤੰਗੀ ਨਾ ਪੀੜ ਨਾ ਮੁਸੀਬਤ ਨਾ ਕਰਜ਼ੇ ਤੂੰ ਹਮੇਸ਼ਾ ਕੇ ਲਈ ਆਜ਼ਾਦ ਹੋ ਗਿਆ ਹਾਲੇਲੂਯਾ ਤੁਝੇ ਐਸੀ ਸ਼ਿਫਾ ਐਸੀ ਬਰਕਤ ਮਿਲ ਗਈ ਹੈ ਤੇਰੀ ਜ਼ਿੰਦਗੀ ਖੁਸ਼ਹਾਲ ਤੂੰ ਕਦੀ ਬਿਮਾਰੀ ਕਾ ਮੂੰਹ ਨਹੀਂ ਦੇਖੇਗਾ ਤੰਗੀ ਕਾ ਕਰਜ਼ੇ ਕਾ ਮੁਸੀਬਤੋਂ ਕਾ ਪੀੜੋਂ ਕਾ ਕਦੀ ਮੂੰਹ ਨਾ ਦੇਖੇਗਾ ਕਿਉਂਕਿ ਤੂੰ ਵਾਪਸ ਆਇਆ ਤੂਨੇ ਸ਼ੁਕਰੀਆ ਅਦਾ ਕੀਆ ਤੇਰੇ ਪਾਸ ਸ਼ੁਕਰਗੁਜ਼ਾਰ ਦੀ ਗੱਲ ਤੂਨੇ ਦੁਨੀਆ ਕੇ ਕਾਮੋਂ ਸੇ ਮੁਝੇ ਅਜ਼ੀਜ਼ ਜਾਨਾ ਯਿਸੂ ਮਸੀਹ ਸਾਮਰੀਆ ਪਰ ਗਲੀਲ ਕੇ ਦਰਮਿਆਨ ਮੇਂ ਸੇ ਰਾਏ ਰਾਏ ਜਾ ਰਿਹਾ ਯਰੀਸ਼ਲਮ ਤੇਰਾ ਚੁਣ ਦਸ ਕੋੜੀ ਮਿਲੇ ਉਹਨਾਂ ਮੁਸੀਬਤ ਸਨ ਮੁਸ਼ਕਲ ਸਨ ਦੂਰੋਂ ਬਾਦ ਮੈਂ ਕਲਾਮ ਕਹਿੰਦਾ ਹੈ ਉਹਨਾਂ ਦਸਾਂ ਨੇ ਸ਼ਿਫਾ ਪਾਏ ਦਸਾਂ ਨੇ ਦਸ ਸ਼ਿਫਾ ਪਾਏ ਲੇਕਿਨ ਇੱਕ ਵਾਪਸ ਆਇਆ ਬਾਕੀ ਕਿਉਂ ਨਹੀਂ ਆਏ ਕਿ ਉਹਨਾਂ ਦੁਨੀਆਂ ਦੇ ਕੰਮਾਂ ਨੂੰ ਅਹਿਮੀਅਤ ਦਿੱਤੀ ਅਜ਼ੀਜ਼ ਜਾਣੇ ਪਹਿਲ ਦੁਨੀਆਂ ਦੇ ਕੰਮਾਂ ਤੇ ਯਿਸੂ ਮਸੀਹ ਨੂੰ ਬਾਅਦ ਪਹਿਲੋਂ ਯਿਸੂ ਕਿਉਂਕਿ ਉਸਨੇ ਮੇਰੇ ਲਈ ਬੜੇ ਕੰਮ ਕੀਤੇ ਹਾਲੇਲੂਯਾ ਜਦੋਂ ਕੋਈ ਨਹੀਂ ਸੀ ਪੁੱਛਦਾ ਮੈਨੂੰ ਯਿਸੂ ਪੁੱਛਿਆ ਯਿਸੂ ਨੇ ਮੈਨੂੰ ਕਿਹਾ ਜਾ ਜਿੱਧਰ ਤੇਰੀਆਂ ਸੱਤੇ ਹੀ ਖੈਰ ਆਈ ਜਹਾਂ ਜਾਏਗਾ ਤੇਰੇ ਪਾਉਂ ਕਾ ਤਲਵਾਰ ਵੋ ਘਰ ਤੇਰਾ ਉਹ ਜਗ੍ਹਾ ਤੇਰੀ ਤੈਨੂੰ ਨਾ ਬਿਮਾਰੀ ਦਾ ਡਰ ਨਾ ਤੰਗੀ ਦਾ ਡਰ ਨਾ ਤੈਨੂੰ ਕਰਜ਼ੇ ਦਾ ਡਰ ਮੈਂ ਹਮੇਸ਼ਾ ਤੇਰੇ ਸਾਥ ਰਹਾਂ